नमस्कार जी मैं हाँ तो अपना बलविंद हाली ती देख रहे हो पंजाब डेयरी ਪੰਜਾਬ ਦੀ ਰਾਜਨੀਤੀ ਵਿੱਚ 1998 ਤੋਂ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਡੇਰਾ ਸਰਸਾ ਦੇ ਪੈਰੋਕਾਰ ਲੋਕ ਸਭਾ ਚੋਣਾਂ 2019 ਨੂੰ ਲੈ ਕੇ ਖਾਮੋਸ਼ ਨੇ ਇਹ ਖਾਮੋਸ਼ੀ ਪੰਜਾਬ ਦੇ ਚੋਣਾਂ ਦੇ ਨਤੀਜਿਆਂ ਨੂੰ ਉਲਟ ਫੇਰ ਦੇ ਸੰਕੇਤ ਦੇਣ ਵਿੱਚ ਲੱਗੀ ਹੈ ਡੇਰਾ ਪ੍ਰੇਮੀਆ ਤੋਂ ਮਿਲੇ ਸੰਕੇਤ ਅਨੁਸਾਰ ਡੇਰਾ ਸਰਸਾ ਦੇ ਪੈਰੋਕਾਰ ਜਿੱਥੇ ਭਾਜਪਾ ਤੋਂ ਸਖਤ ਨਾਰਾਜ਼ਾ ਉੱਥੇ ਕਾਂਗਰਸ ਵੱਲੋਂ ਬੇਅਦਬੀ ਮਾਮਲੇ ਵਿੱਚ ਡੇਰੇ ਦਾ ਨਾਂ ਕਸੀਟਨ ਕਰਕੇ ਕਾਂਗਰਸ ਤੋਂ ਵੀ ਖਫਾ ਨੇ ਜਿਨ੍ਹਾਂ ਦੀ ਨਾਰਾਜ਼ਗੀ ਆਮ ਆਦਮੀ ਪਾਰਟੀ ਤੋਂ ਵੀ ਹੈ ਜਿਸ ਦੇ ਨੇਤਾ ਲਗਾਤਾਰ ਡੇਰੇ ਦੇ ਖਿਲਾਫ ਬਿਆਨਬਾਜ਼ੀ ਕਰਦੇ ਰਹੇ ਨੇ ਹਾਲਾਂਕਿ ਡੇਰਾ ਪੈਰੋਕਾਰ ਜਿਨ੍ਹਾਂ ਨੇ ਬੇਅਦਬੀ ਕਰਵਾਈ ਸੀ ਉਹਨਾਂ ਨੇ ਖੁਦ ਮੰਨਿਆ ਕਿ ਡੇਰੇ ਦੇ ਵੱਡੇ ਆਗੂਆਂ ਨੇ ਉਹਨਾਂ ਨੂੰ ਇਸ ਲਈ ਪ੍ਰੇਰਿਆ ਸੀ ਡੇਰਾ ਮੁਖੀ ਦੇ ਜਿਲ੍ਹੇ ਵਿੱਚ ਹੁਣ ਕਰਕੇ ਡੇਰੇ ਦੇ ਰਾਜਨੀਤਿਕ ਵਿੰਗ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸੇ ਰਾਜਨੀਤਿਕ ਪਾਰਟੀ ਦਾ ਸਮਰਥਨ ਦਿੱਤੇ ਜਾਣ ਸੰਬੰਧੀ ਬਿਆਨ ਜਾਰੀ ਕਰਨ ਦੀ ਸੰਭਾਵਨਾ ਨੂੰ ਕੋਰੀ ਨਾ ਕਰ ਦਿੱਤੀ ਹੈ ਡੇਰੇ ਵੱਲੋਂ ਪੈਰੋਕਾਰਾਂ ਨੂੰ ਇਹ ਨਿਰਦੇਸ਼ ਜਾਰੀ ਕਰਨਗੇ ਕਿ ਉਹ ਆਪਣੀ ਮਤ ਅਨਸਾਰ ਵੋਟ ਦਾ ਇਸਤੇਮਾਲ ਕਰਨ ਮਾਲਵਾ ਬੈਲਟ ਵਿੱਚ ਹੋਂਦ ਰੱਖਣ ਵਾਲੀ 33 ਲੱਖ ਤੋਂ ਵੱਧ ਡੇਰਾ ਪ੍ਰੇਮੀਆਂ ਦੀ ਨਾਰਾਜ਼ਗੀ ਇਸ ਵਾਰ ਸੂਬੇ ਦੇ ਕਿਸੇ ਰਾਜਨੀਤਿਕ ਦਲ ਤੇ ਪਾਰੀ ਪਏਗੀ ਇਸ ਬਾਰੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸਾਲ 1998 ਵਿੱਚ ਡੇਰੇ ਵੱਲੋਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਗੱਠਜੋੜ ਨੂੰ ਸਮਰਥਨ ਦਿੱਤਾ ਗਿਆ ਸੀ ਅਕਾਲੀ ਭਾਜਪਾ ਗੱਠਜੋੜ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤਿਆ ਸੀ ਸੂਬੇ ਵਿੱਚ ਕਾਂਗਰਸ ਦਾ ਸਫਾਇਆ ਹੋ ਗਿਆ ਸੀ ਡੇਰਾ ਸਰਸਾ ਦੀ ਪੰਜਾਬ ਵਿੱਚ ਸਾਲ 2016 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਨਿਭਾਈ ਗਈ ਭੂਮਿਕਾ ਤੇ ਨਜ਼ਰ ਮਾਰੀ ਜਾਵੇ ਤਾਂ ਡੇਰਾ ਸਰਸਾ ਵੱਲੋਂ ਅਕਾਲੀ ਭਾਜਪਾ ਗੱਠਜੋੜ ਦਾ ਸਮਰਥਨ ਦਾ ਐ ਬਾਦ ਚੋਣਾਂ ਦੇ ਜਿੱਤ ਹਾਰ ਦੇ ਸਮੀਕਰਨ ਬਦਲ ਗਏ ਸਨ ਸਭ ਤੋਂ ਅੱਗੇ ਚੱਲ ਰਹੀ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਆ ਗਈ ਸੀ ਕਾਂਗਰਸ ਨੂੰ ਸੱਤਾ ਵਿੱਚ ਵਾਪਸੀ ਦਾ ਮੌਕਾ ਮਿਲ ਗਿਆ ਸੀ ਉਦੋਂ ਖਾਸ ਗੱਲ ਇਹ ਸੀ ਕਿ ਸਿੱਖਾਂ ਦੀ ਰਾਜਗੀ ਚੱਲ ਰਹੀ ਡੇਰਾ ਸਰਸਾ ਦੇ ਅਕਾਲੀ ਭਾਜਪਾ ਦੇ ਨਾਲ ਜਾਨ ਦਾ ਨੁਕਸਾਨ ਅਕਾਲੀ ਦਲ ਨੂੰ ਹੋਇਆ ਸੀ ਪੰਥਕ ਵੋਟ ਖਿਸਕੇ ਕਾਂਗਰਸ ਦੀ ਚੋਲੀ ਵਿੱਚ ਪੈ ਗਿਆ ਸੀ ਡੇਰਾ ਸੱਸਾ ਦੇ ਪ੍ਰੇਮੀ ਕਾਂਗਰਸ ਤੋਂ ਇਸ ਲਈ ਨਾਰਾਜ਼ ਹੈ ਕਿ ਅਕਾਲੀਆਂ ਤੇ ਨਿਸ਼ਾਨਾ ਸਾਧਣ ਲਈ ਕਾਂਗਰਸ ਨੇ ਡੇਰਾ ਪ੍ਰੇਮੀਆਂ ਨੂੰ ਬੇਅਦਬੀ ਦੇ ਮਾਮਲੇ ਵਿੱਚ ਲੋਕਾਂ ਸਾਹਮਣੇ ਲੰਗਾ ਕਰ ਦਿੱਤਾ ਹੈ ਡੇਰਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਡੇਰੇ ਦਾ ਕੋਈ ਮੈਂਬਰ ਫਿਚਰ ਗ੍ਰਾਂਤੀ ਬੇਅਦਬੀ ਵਰਗਾ ਕਰੋਣ ਵਰਗਾ ਕੋਈ ਕੰਮ ਨਹੀਂ ਕਰ ਸਕਦਾ ਉਹ ਆਵਾਜ਼ ਵੀ ਪਾਰਟੀ ਨੂੰ ਲੈ ਕੇ ਡੇਰਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਸ ਦੇ ਨੇਤਾ ਡੇਰੇ ਦੇ ਖਿਲਾਫ ਬਿਨਾਂ ਵਜਾ ਵਿਜਨਬਾਜ਼ੀ ਕਰ ਰਹੇ ਨੇ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਸਿਆਸੀ ਪਿੜਾਂ ਥੇਡਾਂ ਦੇ ਮਦਾਨਾ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ بس ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ اسلامਾਬਾਦ ਵਿਖੇ ਬੁਲਾਈ ਗਈ ਅਚਨਚੇਤੀ ਮੀਟਿੰਗ 'ਚ ਘੱਟ ਪਾਈਚਾਰੇ ਦੇ ਲੋਕਾਂ ਵਾਸਤੇ ਐਲਾਨ ਕੀਤੇ ਗਏ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਜੰਗੀ ਪੱਧਰ ਤੇ ਕਾਰਵਾਈ 'ਚ ਕੋਈ ੜਚਣ ਨਹੀਂ ਆਵੇਗੀ ਇਸ ਕਾਰਨ ਮਿਥੇ ਸਮੇਂ ਤੋਂ ਪਹਿਲਾਂ ਨੇਪਰੇ ਚਾੜਨ ਦੇ ਯਤਨ ਕੀਤੇ ਜਾਣਗੇ ਦੂਜੇ ਬੰਨੇ ਖਬਰਾਂ ਮੁਤਾਬਕ ਨਵੀਂ ਦਿੱਲੀ ਤੋਂ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਉਤੇ ਪਾਕਿਸਤਾਨ ਨਾਲ ਗੱਲਬਾਤ ਦਾ ਮਤਲਬ ਦਵੱਲੀ ਗੱਲਬਾਤ ਸ਼ੁਰੂ ਕਰਨਾ ਨਹੀਂ ਹੈ ਸਗੋਂ ਇਹ ਸ਼ਰਧਾਲੂਆਂ ਦੀ ਸ਼ਰਧਾ ਕਰਕੇ ਹੈ ਅੱਜ ਦੋਵਾਂ ਮੁਲਕਾਂ ਦੇ ਉੱਚ ਅਧਿਕਾਰੀਆਂ ਦੀ ਇਸ ਮੁੱਦੇ ਤੇ ਸਾਂਝੀ ਬੈਠਕ ਹੋਈ ਹੈ ਅਗਲੀ ਮੀਟਿੰਗ 2 April ਨੂੰ ਮਿਥੀ ਗਈ ਹੈ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੋਟਰਾੰਟ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਵਾਸ਼ਿੰਗਟਨ ਤੋਂ ਖਬਰ ਪਹਿਲਾ ਅਮਰੀਕਾ ਨੇ ਚੀਨ ਨੂੰ ਕਿਹਾ ਸੀ ਕਿ ਜੇਕਰ ਉਹ ਜੈਸ਼ੇ ਮੁਖੀ ਮਸੂਦ ਅਜ਼ਰ ਨੂੰ ਆਲਮੀ دہشتਗਰ ਐਲਾਨਣ 'ਚ ਨਾਕਾਮ ਰਹਿੰਦੇ ਨੇ ਤਾਂ ਇਹ ਖੇਤੇ 'ਚ ਸਥਿਰਤਾ ਤੇ ਅਮਨ ਬਹਾਲੀ ਨਾਲ ਜੁੜੇ ਵਾਸ਼ਿੰਗਟਨ ਤੇ ਪੈਕਿੰਗ ਦੇ ਹਿੱਤਾਂ ਖਿਲਾਫ ਜਾਏਗਾ ਅਮਰੀਕੀ ਪ੍ਰਦੇਸ਼ ਵਿਭਾਗ ਦੇ ਤਰਜਮਾਨ ਰੌਬਰਟ ਪੈਲਾਡਿਨੋ ਨੇ ਸਾਫ਼ ਕੀਤਾ ਕਿ ਪਾਕਿਸਤਾਨ ਆਧਾਰਿਤ دہشتੀ ਜਥੇਬੰਦੀ ਜੈਸ਼ੇ ਮੁਹੰਮਦ ਅਬਾਦੀ ਤੇ ਮੁਖੀ ਮਸੂਦ ਅਜ਼ਰ ਆਲਮੀ دہشتਗਰ ਘਰਾੜ ਦਿੱਤੇ ਜਾਣ ਨਾਲ ਸੰਬੰਧਿਤ ਸਾਰੇ ਬਾਪਦੰਦਾਂ ਨੂੰ ਪੂਰਾ ਕਰਦਾ ਪਰ ਚੀਨ ਨੇ ਇਸ ਗੱਲ ਨੂੰ ਬਹੁਤਾ ਨਹੀਂ ਗੌਲਿਆ ਸੰਯੁਕਤ ਰਾਸ਼ਟਰ ਪੈਕਿੰਗ ਤੋਂ ਖਬਰਾਂ ਅਨੁਸਾਰ ਚੀਨ ਵੱਲੋਂ ਜੈਸ਼ ਬਾਮਨ ਦੇ ਮੁਖੀ ਮਸੂਦ ਅਜ਼ਰ ਨੂੰ ਆਲਮੀ دہشتਗਰ ਐਲਾਨਣ ਦਾ ਮਤਾ ਵੀਟੋ ਕਰ ਦੇਣ ਨਾਲ ਭਾਰਤ ਦੀ ਮਹਿਮ ਨੂੰ ਇੱਕ ਵਾਰੀ ਫਿਰ ਤੋਂ ਝਟਕਾ ਲੱਗਿਆ ਹੈ ਅਜ਼ਰ ਨੂੰ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਦੀ ਅਲ ਕੈਦਾ ਸੈਕਸ਼ਨ ਕਮੇਟੀ ਦੇ ਮਤਾ 1267 ਤਹਿਤ ਲਿਆਉਣ ਲਈ ਫਰਾਂਸ ਬ੍ਰਿਟਾਨੀਆ ਤੇ ਅਮਰੀਕਾ ਵੱਲੋਂ 27 ਫਰਵਰੀ ਨੂੰ ਮਤਾ ਪੇਸ਼ ਕੀਤਾ ਗਿਆ ਸੀ ਚੀਨ ਨੇ ਇਸ ਪ੍ਰਸਤਾਵ ਸੰਬੰਧੀ ਹੋਰ ਨਿਰਖ ਪਰਖ ਕਰਨ ਲਈ ਹੋਰ ਸਮਾਂ ਮੰਗਿਆ ਹੈ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਇਸ ਬਾਰੇ ਨਿਰਾਸ਼ਾ ਦਾ ਇਜ਼ਹਾਰ ਕੀਤਾ ਹੈ ਸੋ ਪਹਿਲਾ ਚੀਨ ਨੇ ਸੰਕੇਤ ਦਿੱਤਾ ਸੀ ਕਿ ਇੱਕ ਵਾਰੀ ਫਿਰ ਇਸ ਤਜਵੀਜ਼ ਨੂੰ ਡੱਕ ਸਕਦਾ ਹੈ ਚੀਨ ਨੇ ਕਿਹਾ ਇਸ ਪੁੱਤੇ ਦੇ ਹਾਲੇ ਕੋਈ ਰਾਹ ਅਖਤਿਆਰ ਕੀਤਾ ਜਾਏ ਜੋ ਸਾਰਿਆਂ ਤੇਰਾ ਨੂੰ ਮਨਜ਼ੂਰ ਹੋਵੇਗਾ ਭਾਰਤ ਤੇ ਅਮਰੀਕਾ ਨੇ ਪਾਕਿਸਤਾਨ ਨੂੰ ਸਰਹੱਦ ਪਾਰ ਤੋਂ ਹੋਣਦੇ ਹਮਲਿਆਸਾਂ ਨੇ ਕੁਮਾਂਤਰੀ ਭਾਈਚਾਰੇ ਦੀ ਸਾਂਝੀ ਸਮੱਸਿਆਾਤਵਾਦ ਨੂੰ ਅਰਥਪੂਰਨ ਤਰੀਕੇ ਨਾਲ ਹੱਲ ਕਰਨ ਵਾਸਤੇ ਸਖਤੀ ਨਾਲ ਕਹਿ ਪਲਵਾਮਾ ਹਮਲੇ ਤੋਂ ਕਰੀਬ ਇੱਕ ਮਹੀਨਾ ਬਾਅਦ ਉਤੋਂ ਦੇ ਵਿਦੇਸ਼ ਮੰਤਰਾਲੇ ਚ ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਤੇ ਉਹਨਾਂ ਦੇ ਅਮਰੀਕੀ ਹਮਰਤਬਾ ਡੇਵਿਡ ਹੇਲ ਵਿਚਾਲੇ ਗੱਲਬਾਤ ਤੋਂ ਬਾਅਦ ਇਹ ਬਿਆਨ ਜਾਰੀ ਕੀਤਾ ਗਿਆ ਤੋ ਜੇ ਬਨੇ ਮਾਰਕਰ ਰਹਿੰਦੇ ਸਿੱਖਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਘਟnal ਨੂੰ ਯਕੀਨੀ ਬਣਾਏ ਜਾਣ ਕਿ ਪਲਵਾਮਾ ਦੇ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਚਾਈਤਲ ਖੀ ਨਾਲ ਕਰਤਾਰਪੁਰ ਲੰਘੇ ਦਾ ਕੰਮ ਅਸਰ ਅੰਦਾਜ਼ਨਾ ਹੋਵੇਗਾ। ਮੁਲਕ ਦੇ ਵੱਖ-ਵੱਖ ਖੇਸਿਆਂ ਤੋਂ ਇਕੱਠੇ ਹੋਏ ਸਿੱਖ ਉਹਗੇ ਅਮਰੀਕੀਆਂ ਨੇ ਇੱਕ ਵਕਤ ਨੇ ਵਾਸ਼ਿੰਗਟਨ ਡੀਸੀ ਚ ਭਾਰਤੀ ਐਮਬੈਸੀ ਦੇ ਅਧਿਕਾਰੀਆਂ ਨੂੰ ਇਸ ਸੰਬੰਧੀ ਮੰਗ ਪੱਤਰ ਵੀ ਦਿੱਤਾ ਹੈ। ਨਵੀਂ ਦਿੱਲੀ ਤੋਂ ਖਬਰਾਂ ਅਨੁਸਾਰ ਵਿਦੇਸ਼ ਮੰਤਰੀ ਭਾਰਤ ਦੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਪਾਕਿਸਤਾਨ ਨਾਲ ਓਨੀ ਦੇਰ ਕੋਈ ਗੱਲਬਾਤ ਨਹੀਂ ਹੋ ਸਕਦੀ ਜਦ ਤੱਕ ਗਵਾਂਡੀ ਮੋਲ ਕ ਆਪਣੀ ਧਰਤੀ ਤੇ ਸਰਗਰਮ ਦੈਸ਼ਤੀ ਜਥੇਬੰਦੀਆਂ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ ਸਵਰਾਜ ਨੇ ਦੁਹਰਾਇਆ ਗਲਬਾਤ ਤੇ ਦਸ਼ਤ ਨਾਲੋਂ ਨਾਲ ਨਹੀਂ ਚੱਲ ਸਕਤੇ ਕੱਲ ਭਾਰਤ ਨੇ 737 ਬੋਇੰਗ ਉਡਾਣ ਉੱਤੇ ਪਾਬੰਦੀ ਲਾ ਦਿੱਤੀ ਸੀ ਹੁਣ ਅਮਰੀਕਾ ਨੇ ਵੀ ਕਿਹਾ ਕਿ ਉਹਨਾਂ ਦੇ ਮੁਲਕ ਵਿੱਚ ਬੋਇੰਗ 737 ਬਿਲਕੁਲ ਨਹੀਂ ਉਡੇਗਾ ਖਬਰ ਮੋਰੀਗਾਉਂ ਸਾੰਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖਿਲਾਫ ਮੋਰੀਗਾਉਂ ਜ਼ਿਲ੍ਹੇ ਦੇ ਜੈਸ਼ਮਮਦ ਦੇ ਮੁਖੀ ਮਸੂਦ ਅਜ਼ਰ ਦੇ ਨਾਂ ਤੇ ਨਾਲ ਸ਼ਬਦ ਜੀ ਲਾਉਣ ਦੇ ਦੋਸ਼ ਤਹਿਤ ਦੇਸ਼ ਧਰੋਹ ਦਾ ਕੇਸ ਦਰਜ ਕਰ ਲਿਆ ਗਿਆ ਹੈ ਆਰਟੀਆਈ ਕਾਰਕੁਨ ਰਾਜੂ ਮਹਾਤਣ ਨੇ ਸ਼ਿਕਾਇਤ ਦਰਜ ਕਰਵਾਈ ਦੋਸ਼ ਲਾਇਆ ਕਿ ਕਾਂਗਰਸ ਮੁਖੀ ਨੇ ਕੱਤਬਾਦੀ ਨੂੰ ਜੀ ਸ਼ਬਦ ਆ ਕੇ ਆਪਣੇ ਭਾਰਤ ਵਿਰੋਧੀ ਹੋਣ ਦੀ ਮਿਸਾਲ ਦਿੱਤੀ ਹੈ ਮੋਰੀਗਾਮ ਪੁਲਿਸ ਸਟੇਸ਼ਨ ਦੇ ਇੰਚਾਰਜ ਪ੍ਰਦੀਪ ਨਾਟ ਨੇ ਕਿ ਰਾਹੁਲ ਗਾਂਧੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਧਯੁਗੀ ਕਾਂਗਰਸੀ ਆਗੂ ਸ਼ੀਲਾ ਦੇਖਸ਼ਤ ਨੇ ਅੱਜ ਬੰਨਿਆ ਕਿ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਅੱਤਵਾਦ ਖਿਲਾਫ ਤਨਿੰਦਰ ਮੋਦੀ ਜਿੰਨੀ ਤੇਜ਼ੀ ਨਾਲ ਕਾਰਵਾਈ ਨਹੀਂ ਕੀਤੀ ਸ਼੍ਰੀਨਗਰ ਤੋਂ ਖਬਰਾਂ ਜਿੱਥੇ ਅੱਤਵਾਦੀਆਂ ਨੇ ਇੱਕ ਸਿਆਸੀ ਵਰਕਰ ਨੂੰ ਅੱਜ ਗੋਲੀਆਂ ਮਾਰ ਦਿੱਤੀਆਂ ਨੇ